ਕੀ ਤੁਸੀਂ ਕਦੇ ਸ਼ੀਸ਼ੇ ਵਿੱਚ ਜਾਂ ਆਪਣੀ ਫੋਟੋ ਦੇਖ ਕੇ ਆਪਣੇ ਸਰੀਰ ਦੇ ਆਕਾਰ ਜਾਂ ਸ਼ਕਲ ਬਾਰੇ ਸੋਚਦੇ ਹੋ ਜਾਂ ਸੋਚਦੇ ਹੋ ਕਿ ਤੁਹਾਡੀ ਚਮੜੀ ਅਤੇ ਵਾਲ ਕਿਸ ਤਰ੍ਹਾਂ ਦੇ ਦਿਸਦੇ ਹਨ ਤੁਹਾਡੀਆਂ ਇਹ ਚੀਜ਼ਾਂ ਦੂਸਰੇ ਲੋਕਾਂ ਨੂੰ ਕਿਸ ਤਰ੍ਹਾਂ ਦਿਸਦੀਆਂ ਹਨ ਆਪਣੇ ਸਰੀਰ ਅਤੇ ਇਸ ਦੇ ਵੱਖ ਵੱਖ ਹਿੱਸਿਆਂ ਬਾਰੇ ਕਈ ਤਰ੍ਹਾਂ ਦੀਆਂ ਭਾਵਨਾਵਾਂ ਦਾ ਹੋਣਾ ਨਾਰਮਲ ਹੈ ਅਤੇ ਸੋਸ਼ਲ ਮੀਡੀਆ ਮੂਵੀਜ਼ ਅਤੇ ਟੀਵੀ ਕਰਕੇ ਆਪਣਾ ਦੂਜਿਆਂ ਨਾਲ ਮੁਕਾਬਲਾ ਕਰਨ ਲੱਗਣਾ ਤੇ ਇਹ ਸੋਚਣ ਲੱਗਣਾ ਬਹੁਤ ਸੌਖਾ ਹੈ ਕਿ ਤੁਹਾਡੇ ਵਿੱਚ ਕੁਝ ਨੁਕਸ ਹਨ ਯਾਦ ਰੱਖੋ ਕਿ ਸਕਰੀਨ ਅਤੇ ਸੋਸ਼ਲ ਮੀਡੀਆ ਤੇ ਚੀਜ਼ਾਂ ਦਾ ਵੱਖਰਾ ਜਾਂ ਬਿਹਤਰ ਦਿਖਾਈ ਦੇਣਾ ਇੱਕ ਨਾਰਮਲ ਗੱਲ ਹੈ ਪਰ ਜੋ ਕੁਝ ਅਸੀਂ ਦੇਖਦੇ ਹਾਂ ਉਸ ਦਾ ਬਹੁਤਾ ਹਿੱਸਾ ਅਸਲੀ ਨਹੀਂ ਹੁੰਦਾ ਸਰੀਰਾਂ ਚਿਹਰੇ ਦੇ ਨਕਸ਼ਾਂ ਚਮੜੀ ਅਤੇ ਵਾਲਾਂ ਦੇ ਰੰਗਾਂ ਤੇ ਸਰੀਰਕ ਯੋਗਤਾਵਾਂ ਦੀਆਂ ਕਈ ਤਰ੍ਹਾਂ ਦੀਆਂ ਕਿਸਮਾਂ ਅਤੇ ਆਕਾਰ ਹੁੰਦੇ ਹਨ ਸੰਪੂਰਨ ਸਰੀਰ ਜਾਂ ਸੰਪੂਰਨ ਦਿੱਖ ਵਰਗੀ ਕੋਈ ਚੀਜ਼ ਨਹੀਂ ਹੁੰਦੀ ਸਿਹਤਮੰਦ ਲੋਕ ਕਈ ਤਰ੍ਹਾਂ ਦੇ ਰੂਪਾਂ ਵਿੱਚ ਹੁੰਦੇ ਹਨ ਕਲਪਨਾ ਕਰੋ ਕਿ ਜੇ ਅਸੀਂ ਸਾਰੇ ਇੱਕੋ ਜਿਹੇ ਹੋਈਏ ਤਾਂ ਦੁਨੀਆ ਕਿੰਨੀ ਇਕਾਊ ਹੋਵੇਗੀ ਸਰੀਰ ਦੀ ਸਿਹਤਮੰਦ ਅਤੇ ਵਧੀਆ ਦਿੱਖ ਦਾ ਮਤਲਬ ਆਪਣੇ ਸਰੀਰ ਵਿੱਚ ਆਰਾਮਦੇਹ ਹੋਣਾ ਹੈ ਸਰੀਰ ਦੀ ਦਿੱਖ ਨੂੰ ਗੈਰ ਸਿਹਤਮੰਦ ਸਮਝਣ ਵਾਲੇ ਲੋਕ ਆਮ ਤੌਰ ਤੇ ਆਪਣੀ ਦਿੱਖ ਤੋਂ ਨਾਖੁਸ਼ ਮਹਿਸੂਸ ਕਰਦੇ ਹਨ ਅਤੇ ਇਹ ਸੋਚਦੇ ਹਨ ਕਿ ਉਹ ਅਧੂਰੇ ਹਨ ਇਹ ਨੁਕਸਾਨਦੇਹ ਹੋ ਸਕਦਾ ਹੈ ਅਤੇ ਤੁਹਾਡੀ ਸਰੀਰਕ ਅਤੇ ਮਾਨਸਿਕ ਸਿਹਤ ਤੇ ਅਸਰ ਪਾ ਸਕਦਾ ਹੈ ਜੇ ਤੁਸੀਂ ਸਰੀਰ ਦੀ ਦਿੱਖ ਨੂੰ ਗੈਰ ਸਿਹਤਮੰਦ ਸਮਝਦੇ ਹੋਵੋ ਤੇ ਤੁਸੀਂ ਬਹੁਤ ਵਾਰ ਆਪਣੇ ਸਰੀਰ ਨੂੰ ਚੈੱਕ ਕਰਦੇ ਜਾਂ ਉਸ ਦੀ ਮਿੰਨਤੀ ਕਰਦੇ ਹੋ ਸਕਦੇ ਹੋ ਜਾਂ ਉਹ ਸਰਗਰਮੀਆਂ ਨਾ ਕਰਨਾ ਚਾਹ ਸਕਦੇ ਹੋ ਜਿੱਥੇ ਤੁਹਾਡਾ ਸਰੀਰ ਦਿਖਾਈ ਦਿੰਦਾ ਹੋਵੇ ਜਿਵੇਂ ਤੈਰਨਾ ਜਾਂ ਖੇਡਣਾ ਤੁਸੀਂ ਆਪਣੇ ਸਰੀਰ ਬਾਰੇ ਨਾ ਪੱਖੀ ਗੱਲਾਂ ਵੀ ਕਰਦੇ ਹੋ ਸਕਦੇ ਹੋ ਅਤੇ ਹਮੇਸ਼ਾ ਇਸ ਵਿੱਚ ਤਬਦੀਲੀ ਕਰਨ ਦੇ ਢੰਗਾਂ ਬਾਰੇ ਸੋਚਦੇ ਹੋ ਸਕਦੇ ਹੋ ਆਪਣੇ ਸਰੀਰਾਂ ਬਾਰੇ ਬੁਰਾ ਸੋਚਦੇ ਹੋਣ ਨਾਲ ਜ਼ਿੰਦਗੀ ਦਾ ਆਨੰਦ ਲੈਣਾ ਜਾਂ ਚੰਗੀਆਂ ਦੋਸਤੀਆਂ ਪਾਉਣਾ ਮੁਸ਼ਕਿਲ ਹੋ ਸਕਦਾ ਹੈ ਆਪਣੇ ਸਰੀਰ ਬਾਰੇ ਤੁਹਾਨੂੰ ਜਿਹੜੀ ਚੀਜ਼ ਪਸੰਦ ਹੈ ਉਸ ਵੱਲ ਧਿਆਨ ਦਿਓ ਨਾ ਕਿ ਉਸ ਚੀਜ਼ ਵੱਲ ਜਿਹੜੀ ਤੁਹਾਨੂੰ ਪਸੰਦ ਨਹੀਂ ਆਪਣੇ ਸਰੀਰ ਨੂੰ ਲੋੜ ਅਨੁਸਾਰ ਖਾਣਾ ਤੇ ਆਰਾਮ ਦੇ ਕੇ ਇਸ ਦਾ ਖਿਆਲ ਰੱਖੋ ਅਤੇ ਉਸ ਚੀਜ਼ ਦਾ ਆਨੰਦ ਮਾਣੋ ਜੋ ਤੁਹਾਡਾ ਸਰੀਰ ਕਰ ਸਕਦਾ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਯਾਦ ਰੱਖਣਾ ਹੈ ਕਿ ਤੁਸੀਂ ਆਪਣੇ ਸਰੀਰ ਤੋਂ ਵੱਧ ਕਈ ਕੁਝ ਹੋਰ ਹੋ ਆਪਣੀ ਦਿੱਖ ਤੇ ਘੱਟ ਧਿਆਨ ਦਿਓ ਅਤੇ ਉਹਨਾਂ ਸਾਰੀਆਂ ਚੀਜ਼ਾਂ ਤੇ ਜ਼ਿਆਦਾ ਧਿਆਨ ਦਿਓ ਜਿਹੜੀਆਂ ਤੁਹਾਨੂੰ ਉਹ ਬਣਾਉਂਦੀਆਂ ਹਨ ਜੋ ਤੁਸੀਂ ਹੋ ਜਿਵੇਂ ਤੁਹਾਡੀ ਵਿਲੱਖਣ ਸ਼ਖਸੀਅਤ ਤੁਹਾਡੇ ਗੁਣ ਅਤੇ ਤੁਹਾਡੀਆਂ ਮਜ਼ਬੂਤੀਆਂ ਹੋ ਸਕਦਾ ਹੈ ਕਿ ਤੁਸੀਂ ਮੈਥ ਵਿੱਚ ਜਾਂ ਚੀਜ਼ਾਂ ਬਣਾਉਣ ਵਿੱਚ ਚੰਗੇ ਹੋਵੋ ਜਾਂ ਫਾਸਟ ਰਨਰ ਹੋਵੋ ਜਾਂ ਗਾਉਣ ਅਤੇ ਲੋਕਾਂ ਦਾ ਮਨੋਰੰਜਨ ਕਰਨਾ ਪਸੰਦ ਕਰਦੇ ਹੋਵੋ ਤੁਹਾਨੂੰ ਉਹਨਾਂ ਚੀਜ਼ਾਂ ਦੀ ਕਦਰ ਕਰਨੀ ਚਾਹੀਦੀ ਹੈ ਆਪਣੇ ਤੇ ਮਿਹਰਬਾਨ ਹੋਵੋ ਅਤੇ ਆਪਣੇ ਸਭ ਕੁਝ ਦਾ ਜਸ਼ਨ ਮਨਾਓ